ਦੋਸਤੋ ਇੱਕ ਹੋਰ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ। ਤਾਂ ਅੱਜ ਆਪਾਂ ਕਰਨ ਜਾ ਰਹੇ ਹਾਂ ਪਾਰਟ 14। ਇਹਦੇ ਵਿੱਚ ਆਪਾਂ ਕੀ ਕਰਾਂਗੇ, ਇੱਕ ਤਾਂ ਤੁਸੀਂ ਸਕਰੀਨ 'ਤੇ ਲਿਖਿਆ ਵੇਖ ਹੀ ਰਹੇ ਹੋਵੋਗੇ ਕਿ ਕੀ ਕਰਨਾ। ਤਾਂ ਇੱਕ ਹੋਰ ਚੀਜ਼ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹਦੇ ਵਿੱਚ ਆਪਣੇ ਕਹਿ ਲਓ ਕਿ ਸਿਲੇਬਸ ਦੇ ਵਿੱਚ ਹੈਗਾ ਤਾਂ, ਪਰ ਕਾਫੀ ਬੱਚਿਆਂ ਨੇ ਧਿਆਨ ਨਹੀਂ ਦਿੱਤਾ ਹੋਣਾ ਇਸ ਟੋਪਿਕ ਵੱਲ, ਤਾਂ ਕਰਕੇ ਇਹ ਟੋਪਿਕ ਲੈ ਕੇ ਆਏ ਹਾਂ। ਇਹਦੇ ਵਿੱਚ ਕੀ ਕਰਾਂਗੇ, ਤੁਹਾਨੂੰ ਐਕਸਪਲੇਨ ਕਰਕੇ ਉਦੋਂ ਬਾਅਦ ਕੁਸਚਨ ਦੇ ਦਾਂਗੇ, ਠੀਕ ਹੈ। ਤਾਂ ਜਿਹੜੇ ਕਿ ਆਪਾਂ ਕੱਲ੍ਹ ਟੈਸਟ ਲਿਆ ਜਾਊਗਾ ਸਾਰਿਆਂ ਦਾ ਅਗਲੀ ਵੀਡੀਓ ਦੇ ਵਿੱਚ, ਜਿਵੇਂ ਆਪਾਂ 30 ਕੁਸਚਨਾਂ ਦੀ ਵੀਡੀਓ ਕਰਦੇ ਹੁੰਦੇ ਐਮ ਸੀ ਕਿਊ, ਉਵੇਂ ਕੱਲ੍ਹ 30 ਐਮ ਸੀ ਕਿਊ ਦੀ ਵੀਡੀਓ ਮਿਲੂਗੀ ਦੋਵੇਂ ਵੀਡੀਓ ਨੂੰ ਮਿਲਾ ਕੇ। ਤਾਂ ਉਹਦੇ ਵਿੱਚ ਟੈਸਟ ਲਵਾਂਗੇ, ਤਾਂ ਕੁਸਚਨ ਤੁਹਾਨੂੰ ਅੱਜ ਹੀ ਦੱਸ ਦਾਂਗੇ ਕਿਹੜੇ ਕਿਹੜੇ ਕੁਸਚਨ ਹੋਣਗੇ, ਤਿਆਰ ਕਰ ਲਿਓ। ਸ਼ੁਰੂ ਕਰਦੇ ਹਾਂ ਆਪਾਂ, ਤਾਂ ਪਿਛਲੀਆਂ ਵੀਡੀਓ ਜਿੰਨਾ ਨਹੀਂ ਦੇਖੀਆਂ ਦੇਖ ਲਓ। ਸਿਲੇਬਸ ਆਪਣਾ ਕਹਿ ਲਓ ਕਿ ਪੰਜਾਬੀ ਆਪਾਂ ਪੂਰੀ ਕਵਰ ਕਰ ਲੈਣੀ ਹੈ। ਅੱਜ ਆਪਾਂ ਕਰਾਂਗੇ ਪੰਜਾਬੀ ਭਾਸ਼ਾ ਦਾ ਇਤਿਹਾਸ, ਠੀਕ ਹੈ। ਜਿਹੜਾ ਵਿਕਾਸ ਹੈ ਉਹ ਆਪਾਂ ਅਗਲੀਆਂ ਵੀਡੀਓ ਦੇ ਵਿੱਚ ਕਰਾਂਗੇ ਟੈਸਟ ਤੋਂ ਬਾਅਦ, ਕਿ ਕੀ ਉਹਦੇ ਵਿਕਾਸ ਦੇ ਵਿੱਚ ਐਡ ਹੋਇਆ, ਕਿਹੜੀਆਂ ਕਿਹੜੀਆਂ ਭਾਸ਼ਾਵਾਂ ਆਈਆਂ, ਕਿਵੇਂ ਕਿਵੇਂ ਉਹਨਾਂ ਦੀ ਉਤਪਤੀ ਹੋਈ। ਤਾਂ ਪਹਿਲਾਂ ਆਪਾਂ ਅੱਜ ਗੱਲ ਕਰਾਂਗੇ ਪੰਜਾਬੀ ਭਾਸ਼ਾ ਦਾ ਇਤਿਹਾਸ। ਤਾਂ ਆਪਣੇ ਕੋਲ ਸਭ ਤੋਂ ਪਹਿਲਾਂ ਪੁਆਇੰਟ ਕੀ ਹੈਗਾ, ਭਾਰਤ ਯੂਰਪੀ, ਜਿਹਨੂੰ ਆਪਾਂ ਇੰਡੋ ਯੂਰਪੀਅਨ ਵੀ ਕਹਿੰਦੇ ਹਾਂ, ਠੀਕ ਹੈ। ਜੇ ਆਪਾਂ ਇੰਗਲਿਸ਼ ਦੇ ਵਿੱਚ ਕਹਿ ਲਈਏ ਇੰਡੋ ਯੂਰਪੀਅਨ ਹੈ ਕਿ ਇੰਡੋ ਯੂਰਪੀਅਨ, ਇਹਦੇ ਵਿੱਚ ਕੀ ਹੈ, ਵਰਤਮਾਨ ਪੰਜਾਬੀ ਹੈ ਜਿਹੜੀ ਆਪਣੀ ਭਾਰਤੀ ਆਰਿਆ, ਠੀਕ ਹੈ, ਜਾਂ ਭਾਰਤੀ ਆਰਿਆ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਆਪਾਂ ਅੱਗੇ ਤੁਹਾਨੂੰ ਦੱਸ ਦੂੰਗਾ ਕਿਹੜੇ ਅੰਡਰ ਆਉਂਦੀ ਹੈ, ਕਿਹਦੇ ਅੰਡਰ ਆਉਂਦੀ ਹੈ, ਉਹ ਐਂਡ 'ਤੇ ਗੱਲ ਕਰਾਂਗੇ। ਬਸ ਇੰਨਾ ਨੋਟ ਕਰ ਲਓ ਕਿ ਵਰਤਮਾਨ ਪੰਜਾਬੀ ਜਿਹੜੀ ਭਾਰਤੀ ਆਰਿਆ ਭਾਸ਼ਾਵਾਂ ਦੇ ਵਿੱਚੋਂ ਇੱਕ ਹੈ। ਇਹਨਾਂ ਸਭਨਾਂ ਦਾ ਸੰਬੰਧ ਉਸ ਭਾਸ਼ਾ ਪਰਿਵਾਰ ਨਾਲ ਹੈ ਜਿਸ ਨੂੰ ਆਰਿਆ ਜਾਂ ਭਾਰਤੀ ਯੂਰਪੀ ਇੰਡੋ ਯੂਰਪੀਅਨ ਭਾਸ਼ਾ ਪਰਿਵਾਰ ਆਖਦੇ ਹਨ। ਤਾਂ ਇਹਨੂੰ ਇੰਡੋ ਯੂਰਪੀਅਨ ਪਤਾ ਲੱਗ ਗਿਆ ਹੋਣਾ ਸਾਰੇ ਬੱਚਿਆਂ ਨੂੰ, ਕਿਹਨੂੰ ਕਹਿੰਦੇ ਆ, ਇੱਕ ਭਾਸ਼ਾ ਪਰਿਵਾਰ ਹੈ ਜਿਹਦੇ ਅੰਡਰ ਬਹੁਤ ਸਾਰੀਆਂ ਭਾਸ਼ਾਵਾਂ ਆਉਂਦੀਆਂ, ਠੀਕ ਹੈ। ਆਪਾਂ ਅੱਗੇ ਗੱਲ ਕਰਦੇ ਹਾਂ ਕਿਹੜੀਆਂ ਕਿਹੜੀਆਂ ਵਰਤਮਾਨ ਸਮੇਂ ਦੀਆਂ ਭਾਰਤੀ ਆਰਿਆ ਭਾਸ਼ਾਵਾਂ, ਅਤੇ ਬਲੋਚੀ, ਪਸ਼ਤੋ, ਫਾਰਸੀ, ਯੂਨਾਨੀ, ਇਟਾਲੀਅਨ, ਜਰਮਨ, ਅੰਗਰੇਜ਼ੀ, ਰੂਸੀ ਆਦਿ ਐਸੇ ਪੁਰਾਣੀ ਭਾਰਤ ਯੂਰਪੀ ਤੋਂ ਨਿਕਲੀਆਂ ਹਨ। ਹੁਣ ਪਤਾ ਲੱਗ ਗਿਆ ਹੋਣਾ ਕਿ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਜਿਹੜਾ ਇੰਡੋ ਯੂਰਪੀਅਨ ਤੋਂ ਨਿਕਲੀਆਂ, ਕਿਹੜੀਆਂ ਕਿਹੜੀਆਂ ਹੈਗੀਆਂ, ਪਸ਼ਤੋ, ਫਾਰਸੀ, ਯੂਨਾਨੀ, ਇਟਾਲੀਅਨ, ਜਰਮਨ, ਅੰਗਰੇਜ਼ੀ, ਰੂਸੀ ਆਦਿ। ਤਾਂ ਇਹਦੇ ਵਿੱਚ ਅੱਗੋਂ ਆਪਣੇ ਕੀ ਹੈ, ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਆਪਾਂ ਨੋਟ ਕਰਨੀ ਹੈ, ਪੁੱਛੀ ਵੀ ਜਾ ਸਕਦੀ ਹੈ ਕਿ ਇਸ ਮੁੱਢਲੀ ਆਰਿਆ ਭਾਸ਼ਾ ਦੀਆਂ ਦੋ ਮੁੱਖ ਸ਼ਾਖਾਵਾਂ, ਕਿੰਨੀਆਂ ਮੁੱਖ ਸ਼ਾਖਾਵਾਂ, ਦੋ, ਕਿਹੜੀਆਂ ਕਿਹੜੀਆਂ, ਇੱਕ ਪੂਰਬੀ ਜਾਂ ਭਾਰਤ ਇਰਾਨੀ ਜਿਹਨੂੰ ਆਪਾਂ ਕਹਿੰਦੇ ਹਾਂ ਇੰਡੋ ਇਰਾਨੀਅਨ, ਠੀਕ ਹੈ। ਤਾਂ ਨੈਕਸਟ ਹੈਗੀ ਹੈ ਸੈਕਿੰਡ ਇੰਡੋ ਆਰੀਅਨ। ਨੋਟ ਕਰ ਲਿਓ ਕਿ ਇੰਡੋ ਯੂਰਪੀਅਨ ਦੀਆਂ ਜਿਹੜੀਆਂ ਦੋ ਮੁੱਖ ਸ਼ਾਖਾਵਾਂ ਹੈਗੀਆਂ, ਇੱਕ ਪਹਿਲੀ ਹੈਗੀ ਹੈ ਇੰਡੋ ਇਰਾਨੀਅਨ, ਅਤੇ ਸੈਕਿੰਡ ਹੈਗੀ ਹੈ ਆਪਣੇ ਕੋਲ ਇੰਡੋ ਆਰੀਅਨ। ਇਹਨਾਂ ਬਾਰੇ ਵੀ ਡਿਸਕਸ 'ਚ ਗੱਲ ਕਰਾਂਗੇ। ਤੁਹਾਨੂੰ ਮੈਂ ਇੱਕ ਚੀਜ਼ ਦੱਸ ਦਿੰਦਾ ਕਿ ਜਾਇਓ ਨਾ, ਇਹ ਨਾ ਸੋਚਿਆ ਕਰੋ ਕਿ ਐਕਸਪਲੇਨੇਸ਼ਨ ਹੈ ਤਾਂ ਬੋਰ ਹੋਊਗੀ, ਕੱਲ੍ਹ ਐਮ ਸੀ ਕਿਊ ਕਰ ਲਾਂਗੇ, ਜੇ ਐਕਸਪਲੇਨੇਸ਼ਨ ਸਮਝ ਆਊਗੀ ਤਾਂ ਹੀ ਐਮ ਸੀ ਕਿਊ ਆਉਂਦੇ ਹੋਣਗੇ। ਤਾਂ ਨੈਕਸਟ ਕੀ ਹੈ ਆਪਣੇ ਕੋਲ, ਜ਼ਿਆਦਾ ਵੱਡਾ ਟੋਪਿਕ ਨਹੀਂ ਹੈਗਾ, 15 ਕੁ ਮਿੰਟ ਦਾ ਮੰਨ ਕੇ ਚੱਲੋ, ਹੈਗਾ ਭਾਰਤ ਇਰਾਨੀ, ਠੀਕ ਹੈ। ਇਹਦੇ ਵਿੱਚ ਆਪਾਂ ਕੀ ਕਰਨਾ, ਭਾਰਤ ਇਰਾਨੀ ਜਾਂ ਪੂਰਬੀ ਦੀਆਂ ਕਿੰਨੀਆਂ ਸ਼ਾਖਾਵਾਂ, ਦੋ, ਜਿਵੇਂ ਆਪਣੇ ਕੋਲ ਇੰਡੋ ਯੂਰਪੀਅਨ ਦੀਆਂ ਸੀ ਕਿੰਨੀਆਂ ਸੀ, ਦੋ, ਉਵੇਂ ਕੀ ਹੈ ਅੱਗੋਂ ਭਾਰਤ ਇਰਾਨੀ ਇੰਡੋ ਇਰਾਨੀ ਦੀਆਂ ਵੀ ਕਿੰਨੀਆਂ, ਦੋ। ਇਹ ਤਾਂ ਤੁਹਾਨੂੰ ਦੋਨੋਂ ਨੋਟ ਹੋ ਗਈਆਂ ਕਿਹੜੀਆਂ ਕਿਹੜੀਆਂ। ਤਾਂ ਹੁਣ ਆਪਾਂ ਕਰਦੇ ਹਾਂ ਇੰਡੋ ਇਰਾਨੀਆਂ ਦੀਆਂ, ਕਿਹੜੀਆਂ ਕਿਹੜੀਆਂ, ਭਾਰਤੀ ਅਤੇ ਇਰਾਨੀ, ਠੀਕ ਹੈ। ਇਰਾਨੀ ਲਿਖਿਆ ਹੋਇਆ ਇਹ, ਭਾਰਤੀ ਅਤੇ ਇਰਾਨੀ ਦੋ ਇਹਦੀਆਂ ਸ਼ਾਖਾਵਾਂ। ਤਾਂ ਭਾਰਤੀ ਵਿੱਚ ਕੀ ਆਉਂਦਾ, ਭਾਰਤੀ ਸ਼ਾਖ, ਸ਼ਾਖਾਵਾਂ, ਆਪਾਂ ਸ਼ਾਖਾਵਾਂ ਜ਼ਿਆਦਾ ਹੋ ਗਈਆਂ, ਸ਼ਾਖ ਇੱਕ ਹੋ ਗਈ। ਭਾਰਤੀ ਸ਼ਾਖ ਵਿੱਚ ਕੀ ਆਉਂਦਾ, ਵੈਦਿਕ, ਸੰਸਕ੍ਰਿਤ, ਪ੍ਰਾਕਿਰਤ, ਅਪਰਭ੍ਰੰਸ਼। ਅਪਰਭ੍ਰੰਸ਼ ਵੀ ਤੁਹਾਨੂੰ ਸਾਰੇ ਕਲੀਅਰ ਕਰ ਦੂੰਗਾ, ਆਪਾਂ ਪਰਸੋਂ ਵਾਲੇ ਟੋਪਿਕ ਕਰਾਂਗੇ, ਪੂਰੀ ਡਿਟੇਲ ਦੇ ਵਿੱਚ ਦੱਸ ਦੂੰਗਾ। ਵਰਤਮਾਨ ਭਾਰਤੀ ਆਰਿਆ ਭਾਸ਼ਾਵਾਂ ਨਿਕਲਦੀਆਂ ਹਨ, ਜੇ ਕੋਈ ਪੁੱਛ ਲਵੇ ਤੁਹਾਡੇ ਤੋਂ ਕਿ ਸੰਸਕ੍ਰਿਤ ਕਿਹੜੀ ਸ਼ਾਖ ਤੋਂ ਨਿਕਲੀ ਹੈ ਭਾਰਤੀ ਇਰਾਨੀ ਦੀ, ਤਾਂ ਉਹ ਆਊਗਾ ਆਪਣੇ ਕੋਲ ਭਾਰਤੀ ਸ਼ਾਖ 'ਚੋਂ, ਠੀਕ ਹੈ। ਜੇ ਪੁੱਛ ਲੈਣ ਅਪਰਭ੍ਰੰਸ਼ ਕਿਹੜੀ 'ਚੋਂ ਨਿਕਲੀ ਹੈ, ਉਹ ਵੀ ਭਾਰਤੀ ਸ਼ਾਖ 'ਚੋਂ। ਜੇ ਵਰਤਮਾਨ ਭਾਰਤੀ ਆਰਿਆ ਭਾਸ਼ਾਵਾਂ ਕਿਹੜੀਆਂ 'ਚੋਂ ਨਿਕਲੀ ਹੈ, ਭਾਰਤੀ ਸ਼ਾਖ 'ਚੋਂ। ਫਸਟ ਕਲੀਅਰ ਹੋ ਗਿਆ। ਤਾਂ ਸੈਕਿੰਡ ਆਪਣੇ ਕੋਲ ਹੈਗਾ ਇਰਾਨੀ। ਇਰਾਨੀ ਦੇ ਵਿੱਚ ਕੀ ਹੈ ਆਪਣੇ ਕੋਲ, ਇਰਾਨੀ ਸ਼ਾਖ ਤੋਂ ਜੇਂਦ ਜਾਂ ਅਵੇਸਤਾ ਦੀ ਭਾਸ਼ਾ ਅਤੇ ਪੁਰਾਣੇ ਸਮੇਂ ਦੀ, ਵਿਚਲੇ ਸਮੇਂ ਦੀ ਅਤੇ ਵਰਤਮਾਨ ਸਮੇਂ ਦੀ ਫਾਰਸੀ ਅਤੇ ਬਲੋਚੀ ਦੇ ਪਸ਼ਤੋਂ ਨਿਕਲੀਆਂ ਹਨ। ਕਲੀਅਰ ਹੈ ਸਾਰੇ ਬੱਚਿਆਂ ਨੂੰ ਕਿ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਇਹਦੇ ਵਿੱਚੋਂ ਨਿਕਲੀਆਂ, ਅਤੇ ਇਹ ਸਾਰੀਆਂ ਭਾਸ਼ਾਵਾਂ ਕਿਹੜੇ ਪਰਿਵਾਰ ਦਾ ਹਿੱਸਾ ਹੈ। ਜੇ ਸਾਰੀਆਂ ਭਾਸ਼ਾਵਾਂ ਦਾ ਨਾਮ ਲੈ ਕੇ ਅਤੇ ਤੁਹਾਡੇ ਤੋਂ ਪੁੱਛ ਲਿਆ ਜਾਵੇ ਕਿ ਕਿਹੜੇ ਪਰਿਵਾਰ ਦਾ ਹਿੱਸਾ, ਤਾਂ ਆਪਣਾ ਆਂਸਰ ਕੀ ਆਊਗਾ, ਇੰਡੋ ਯੂਰੋਪੀਅਨ। ਕਲੀਅਰ ਹੈ ਸਾਰੇ ਬੱਚਿਆਂ ਨੂੰ, ਮੈਂ ਤੁਹਾਨੂੰ ਪਿਛਲੇ ਵੀ ਤਾਂ ਹੀ ਨਾਲ ਕਲੀਅਰ ਕਰਾਉਂਦਾ ਰਹਿੰਦਾ ਹੁੰਦਾ ਕਿ ਕਨਫਿਊਜ਼ ਨਾ ਹੋਵੋ ਤੁਸੀਂ। ਤਾਂ ਨੈਕਸਟ ਆਪਣੇ ਕੋਲ ਕੀ ਹੈ, ਇਸ ਸਭ ਦਾ ਇਹ ਮਤਲਬ ਹੈ, ਜਿਹੜਾ ਇਹ ਸਾਰੀਆਂ ਚੀਜ਼ਾਂ ਦੱਸੀਆਂ ਆਪਾਂ, ਇਹਦਾ ਮਤਲਬ ਕੀ ਨਿਕਲਦਾ, ਕਿ ਯੂਰਪ, ਇਰਾਨ ਅਤੇ ਭਾਰਤ ਦੇ ਆਰੀਆਂ ਦਾ ਇੱਕ ਦੂਜੇ ਨਾਲ ਨੇੜੇ ਦਾ ਸੰਬੰਧ ਸੀ, ਕਿਉਂਕਿ ਇਹ ਸਾਰੀਆਂ ਭਾਸ਼ਾਵਾਂ ਇੱਕੋ 'ਚੋਂ ਨਿਕਲੀਆਂ। ਤਾਂ ਆਟੋਮੈਟਿਕ ਹੈ ਕਿ ਨੇੜੇ ਦਾ ਸੰਬੰਧ ਹੋਊ। ਜਿਵੇਂ ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ ਵੀ ਦੇ ਦਿੰਦਾ, ਜਿਵੇਂ ਪੰਜਾਬੀ ਦੇ ਵਿੱਚ ਕਿੰਨੀਆਂ
ਉਪ ਬੋਲੀਆਂ ਜਾਂ ਉਪ ਭਾਸ਼ਾਵਾਂ ਹੈ, ਠੀਕ ਹੈ। ਉਹਦੇ ਵਿੱਚ ਕੀ ਹੈ, ਕਿਤੇ ਨਾ ਕਿਤੇ ਜਾ ਕੇ ਤਾਂ ਆਪਣਾ ਸੰਬੰਧ ਸਾਰਿਆਂ ਨਾਲ ਬਣਦਾ। ਇਹ ਤਾਂ ਹੈ ਨਹੀਂ ਕਿ ਜੇ ਤੁਸੀਂ ਮਾਲਵੇ ਏਰੀਏ ਦਾ ਸੋਰੀ ਮਾਲਵੇ ਏਰੀਏ ਦੇ ਨਾ, ਠੀਕ ਹੈ, ਅਤੇ ਮੈਂ ਮਾਝੇ ਏਰੀਏ ਦਾ, ਤਾਂ ਮੈਨੂੰ ਤੁਹਾਡੀ ਜਿਹੜੀ ਭਾਸ਼ਾ ਸਮਝ ਨਾ ਆਊਗੀ। ਆਪਣਾ ਸੰਬੰਧ ਕਿਤੇ ਨਾ ਕਿਤੇ ਤਾਂ ਉਹ ਪੰਜਾਬੀ ਨਾਲ ਜੁੜਿਆ ਹੀ ਹੋਇਆ, ਠੀਕ ਹੈ। ਪੰਜਾਬੀ ਜਿਹੜੀ ਆਪਣੀ ਫੈਮਿਲੀ ਲੈਂਗੁਏਜ ਕਹਿ ਲਓ ਤਾਂ ਉਹ ਤਾਂ ਆਪਣੀ ਜੁੜੀ ਹੋਈ ਹੈ, ਆਪਣੀਆਂ ਅੱਗੇ ਬੋਲੀਆਂ ਵੰਡੀਆਂ ਗਈਆਂ। ਉਹੀ ਇਹਦਾ ਹਿਸਾਬ ਸੀ ਕਿ ਭਾਸ਼ਾਵਾਂ ਸਾਰੀਆਂ ਇੱਕੋ 'ਚੋਂ ਨਿਕਲੀਆਂ ਸੀ, ਤਾਂ ਉਹ ਕੀ ਹੈ ਇੱਕ ਦੂਸਰੇ ਨਾਲ ਸੰਬੰਧ ਰੱਖਦੀਆਂ ਸੀ, ਜਿਹਦੇ ਨਾਲ ਕੀ ਹੁੰਦਾ ਸੀ ਕਿ ਜਿਹੜਾ ਉਹਨਾਂ ਦੀਆਂ ਭਾਸ਼ਾਵਾਂ ਵਿੱਚੋਂ ਜੋ ਮੇਲ ਦਿਖਦਾ ਸੀ ਉਸ ਤੋਂ ਸਿੱਧੇ ਹੁੰਦਾ ਸੀ, ਸਿੱਧ ਹੁੰਦਾ ਸੀ ਕਿ ਉਹਨਾਂ ਦਾ ਜਿਹੜਾ ਸਭਨਾ ਦੇ ਵੱਡੇ ਵਡੇਰੇ ਸੀ, ਕਦੇ ਨਾ ਕਦੇ ਪੁਰਾਣੇ ਸਮੇਂ 'ਚ ਕਿਤੇ ਨਾ ਕਿਤੇ ਬੈਠੇ ਇਕੱਠੇ ਰਹਿੰਦੇ ਸਨ ਅਤੇ ਇੱਕੋ ਭਾਸ਼ਾ ਬੋਲਦੇ ਸਨ। ਇਹ ਤਾਂ ਕਨਫਰਮ ਹੋ ਗਿਆ, ਪਰ ਇੱਕ ਚੀਜ਼ ਕਦੇ ਕਨਫਰਮ ਨਹੀਂ ਹੋਈ ਹਜੇ ਤੱਕ ਕਿ ਕਦੋਂ ਅਤੇ ਕਿੱਥੇ ਉਹ ਇਕੱਠੇ ਹੁੰਦੇ ਸੀ ਅਤੇ ਇੱਕੋ ਭਾਸ਼ਾ ਬੋਲਦੇ ਸੀ, ਹਜੇ ਤੱਕ ਇਹ ਚੀਜ਼ ਕਨਫਰਮ ਨਹੀਂ ਹੋਈ। ਇਹਦੇ ਉੱਤੇ ਕੀ ਹੈ, ਬਹੁਤ ਸਾਰੇ ਮਤਭੇਦ ਬਣੇ ਹੋਏ ਆ, ਜਿਵੇਂ ਕੋਈ ਨਾ ਕੋਈ ਟੋਪਿਕ ਹੁੰਦੇ ਆ ਜਿਨ੍ਹਾਂ ਦੇ ਮਤਭੇਦ ਹਜੇ ਤੱਕ ਵੀ ਬਣੇ ਹੋਏ ਆ ਪੁਰਾਣੇ ਸਮੇਂ ਤੋਂ ਲੈ ਕੇ, ਤਾਂ ਉਵੇਂ ਇਹਦੇ ਵਿੱਚ ਆ ਜਾਂਦਾ ਕਿ ਮਤਭੇਦ ਬਣੇ ਹੋਏ ਆ। ਤਾਂ ਨੈਕਸਟ ਆਪਾਂ ਚੱਲਦੇ ਹਾਂ, ਹੁਣ ਦੇਖੋ ਪੁਆਇੰਟ ਸਮਝ ਲਏ, ਤਾਂ ਇਹਦੇ ਵਿੱਚੋਂ ਜਿਹੜੇ ਪ੍ਰਸ਼ਨ ਯਾਦ ਕਰਨੇ ਉਹ ਕਿਹੜੇ ਆ, ਐਮ ਸੀ ਕਿਊ, ਠੀਕ ਹੈ। ਇਹ ਨਾ ਸੋਚਿਓ ਕਿ ਲੈਂਥੀ ਆ ਜਾਂ ਵਿਆਖਿਆ ਵਾਲੇ ਆ, ਐਮ ਸੀ ਕਿਊ ਹੈ। ਪਹਿਲਾਂ ਆਪਣਾ ਕੁਸ਼ਚਨ ਕੀ ਬਣਦਾ, ਪੰਜਾਬੀ ਕਿਹੜੇ ਭਾਸ਼ਾ ਪਰਿਵਾਰ ਦਾ ਹਿੱਸਾ। ਇਹ ਮੈਂ ਆਂਸਰ ਅੱਜ ਨਹੀਂ ਦੱਸੂੰਗਾ, ਇਹ ਸਮਝ ਲਓ ਕਿ ਹੋਮਵਰਕ ਹੈ, ਸਕਰੀਨਸ਼ੋਟ ਲੈ ਲਓ ਇਹਦਾ, ਯਾਦ ਕਰ ਲਿਓ। ਤਾਂ ਇਹ ਕੱਲ੍ਹ 30 ਕੁਸ਼ਚਨ ਦੇਵਾਂਗੇ, ਕੱਲ੍ਹ ਤੁਹਾਡਾ ਟੈਸਟ ਲਵਾਂਗੇ ਕਹਿ ਲਓ ਕਿ, ਜਿਹੜਾ ਆਪਣਾ ਰਿਵੀਜ਼ਨ ਕਰਾਂਗੇ ਤਾਂ ਕਿ ਤੁਹਾਨੂੰ ਜਿਹੜਾ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਬੈਠ ਜਾਣ। ਇਟਾਲੀਅਨ ਅੰਗਰੇਜ਼ੀ ਕਿਹੜੇ ਭਾਸ਼ਾ ਪਰਿਵਾਰ ਦਾ ਹਿੱਸਾ। ਥਰਡ ਹੈਗਾ ਆਪਣੇ ਕੋਲ ਮੁੱਢਲੀ ਆਰਿਆ ਭਾਸ਼ਾ ਦੀਆਂ ਕਿੰਨੀਆਂ ਸ਼ਾਖਾਵਾਂ, ਅਤੇ ਫੋਰਥ ਆਪਣੇ ਕੋਲ ਹੈਗਾ ਭਾਰਤ ਇਰਾਨੀ ਭਾਰਤ ਯੂਰਪੀ ਦੀ ਕਿੰਨਵੀਂ ਸ਼ਾਖਾ ਹੈ। ਦੇਖੋ ਕਿਵੇਂ ਮੋਲਡ ਕਰਕੇ ਪ੍ਰਸ਼ਨ ਪੁੱਛਿਆ ਗਿਆ। ਹੁਣ ਤੁਸੀਂ ਇਹ ਨਾ ਕਹਿ ਦਿਓ ਕਿ ਉੱਤੇ ਆ, ਨਹੀਂ ਉੱਤੇ ਹੈਗਾ ਕੁਸ਼ਚਨ, ਇਹ ਉਤਲਿਆਂ ਵਿੱਚੋਂ ਹੀ ਸਮਝ ਲਓ, ਪੈਰੇ ਵਿੱਚੋਂ ਹੀ ਕੁਸ਼ਚਨ ਬਣਾਏ ਆ। ਤਾਂ ਨੈਕਸਟ ਹੈ ਭਾਰਤ ਇਰਾਨੀ ਦੀਆਂ ਕਿੰਨੀਆਂ ਸ਼ਾਖਾਵਾਂ ਹਨ, ਅਤੇ ਨੈਕਸਟ ਕੁਸ਼ਚਨ ਹੈਗਾ ਸੈਕਿੰਡ ਲਾਸਟ, ਪ੍ਰਾਕਿਰਤ ਅਤੇ ਸੰਸਕ੍ਰਿਤ ਭਾਸ਼ਾ ਕਿਹੜੀ ਸ਼ਾਖ ਵਿੱਚੋਂ ਨਿਕਲਦੀਆਂ ਹਨ। ਅਤੇ ਲਾਸਟ ਆਪਣਾ ਇਸੇ ਪੈਰੇ ਦਾ ਟੋਪਿਕ ਕੁਸ਼ਚਨ ਹੈਗਾ ਕਿ ਪੁਰਾਣੇ ਸਮੇਂ ਦੀ ਫਾਰਸੀ ਕਿਹੜੀ ਸ਼ਾਖ ਵਿੱਚੋਂ ਨਿਕਲਦੀ ਆ। ਦੇਖੋ ਕਿਵੇਂ ਆਪਾਂ 8 ਕੁਸ਼ਚਨ ਬਣਾ ਲਏ, ਠੀਕ ਹੈ, ਆ ਦੋ ਪੈਰਿਆਂ ਦੇ ਵਿੱਚੋਂ, ਤਾਂ ਹਜੇ ਆਪਾਂ ਅੱਗੇ ਵੀ ਦੋ ਪੈਰੇ ਕਰਾਂਗੇ, ਉਹਨਾਂ ਵਿੱਚੋਂ ਵੀ ਘੱਟੋ ਘੱਟ 10 ਕੁਸ਼ਚਨ ਬਣ ਜਾਣਗੇ। ਤਾਂ ਮੰਨ ਕੇ ਚਲੋ 18 ਇਹਦੇ ਵਿੱਚ ਹੋ ਜਾਣਗੇ, 10 ਤੋਂ 12 ਆਪਾਂ ਪਿਛਲੇ ਪਾ ਲਾਂਗੇ, ਤਾਂ 30 ਕੁਸ਼ਚਨਾਂ ਦਾ ਤੁਹਾਡਾ ਕੱਲ੍ਹ ਟੈਸਟ ਲੈ ਲਾਂਗੇ, ਠੀਕ ਹੈ। ਤਾਂ ਨੈਕਸਟ ਆਪਾਂ ਚੱਲਦੇ ਹਾਂ, ਅਤੇ ਇੱਕ ਹੋਰ ਚੀਜ਼ ਮੈਨੂੰ ਦੱਸ ਦਿਓ, ਜਿਵੇਂ ਹੁਣ ਆਪਾਂ ਦੋ ਟੋਪਿਕ ਕਰਕੇ 30 ਦਾ ਕੁਸ਼ਚਨ ਦਾ ਟੈਸਟ ਲਵਾਂਗੇ, ਐਂ ਠੀਕ ਹੈ ਕਿ ਬਿਨਾਂ ਐਕਸਪਲੇਨੇਸ਼ਨ ਤੋਂ ਤੁਹਾਡਾ ਸਿੱਧਾ ਟੈਸਟ ਲੈ ਲਿਆ ਕਰੀਏ। ਮੈਨੂੰ ਬਸ ਇਹ ਕਲੀਅਰ ਕਰ ਦਿਓ ਸਾਰੇ ਜਿਹਨੇ ਕਮੈਂਟ ਕਰਕੇ, ਮੈਂ ਤੁਹਾਨੂੰ 5 ਸੈਕਿੰਡ ਦਿੰਦਾ, ਮੈਨੂੰ ਆਨਸਰ ਦੇ ਦਿਓ ਕਿ ਜਿਵੇਂ ਆਪਣਾ ਚੱਲ ਰਿਹਾ ਉਵੇਂ ਚੱਲਣ ਦੀਏ, ਕਿ ਆਪਾਂ ਐਕਸਪਲੇਨੇਸ਼ਨ ਦੇਈ ਜਾਂਦੇ ਹਾਂ ਨਾਲ ਨਾਲ, ਤੁਹਾਨੂੰ ਐਮ ਸੀ ਕਿਊ ਦੇਈ ਜਾਂਦੇ ਹਾਂ, ਤੁਹਾਡਾ ਸਾਰਾ ਕਲੀਅਰ ਹੋਈ ਜਾਂਦਾ, ਕਿ ਸਿੱਧਾ ਤੁਹਾਨੂੰ ਲੱਗਦਾ ਕਿ ਸਿੱਧਾ ਐਕਸਪਲੇਨੇਸ਼ਨ ਰਹਿਣ ਦਿਓ, ਸਿੱਧਾ ਐਮ ਸੀ ਕਿਊ ਦੇ ਦਿਆ ਕਰੋ, ਉਵੇਂ ਠੀਕ ਹੈ। ਪਲੀਜ਼ ਮੈਨੂੰ ਕਲੀਅਰ ਆਊਟ ਕਰ ਦਿਓ, ਮੈਂ ਤੁਹਾਡੇ ਕਮੈਂਟ ਦੇਖ ਹੀ ਰਿਹਾ। ਤਾਂ ਆਪਾਂ ਅੱਗੇ ਚੱਲਦੇ ਹਾਂ, ਨੈਕਸਟ ਆਪਣੇ ਕੋਲ ਪੁਆਇੰਟ ਹੈਗਾ ਭਾਰਤ ਆਰਿਆ ਭਾਸ਼ਾ, ਇਹਨੂੰ ਭਾਰਤੀ ਆਰਿਆ ਭਾਸ਼ਾ ਵੀ ਕਹਿ ਦਿੰਦੇ ਆ, ਪਰ ਇੰਡੋ ਆਰਿਅਨ ਇਹਨੂੰ ਜਿਹੜਾ ਇਹਦਾ ਦੂਸਰਾ ਪੁਆਇੰਟ ਨਾਮ ਹੈਗਾ। ਇਹਦੇ ਵਿੱਚ ਕੀ ਹੈ ਆਪਣੇ ਕੋਲ, ਇੱਕ ਚੀਜ਼ ਯਾਦ ਰੱਖਿਓ ਕਿ ਜਿਹੜੇ ਈਸਾ ਪੂਰਵ ਹੈ ਆਪਣੇ, ਇਹਨਾਂ 'ਤੇ ਥੋੜ੍ਹੇ ਬਹੁਤ ਮਤਭੇਵ ਚੱਲਦੇ ਰਹਿੰਦੇ ਆ ਕਿ ਬੱਚਿਆਂ ਨੂੰ ਵੀ ਕਨਫਿਊਜ਼ਨ ਰਹਿੰਦੀ ਹੈ, ਤਾਂ ਥੋੜ੍ਹੇ ਬਹੁਤ ਆਪ ਵੀ ਕਲੀਅਰ ਆਊਟ ਕਰ ਲਿਓ, ਵੈਸੇ ਸਾਡੇ ਵੱਲੋਂ ਕਲੀਅਰ ਆਊਟ ਆ, ਬੇਫਿਕਰ ਹੋ ਜਾਓ। ਤਾਂ ਨੈਕਸਟ ਹੈ ਭਾਰਤ ਆਰਿਆ ਭਾਸ਼ਾ ਵੀ ਸਮੇਂ ਦੇ ਗੇੜ ਨਾਲ ਨਵੀਆਂ ਨਵੀਆਂ ਬੋਲੀਆਂ ਦਾ ਰੂਪ ਧਾਰਨ ਕਰਦੀ ਰਹੀ। ਜਿਹੜੀ ਇੰਡੋ ਆਰੀਅਨ ਹੈ ਇਹ ਟਾਈਮ ਟੂ ਟਾਈਮ ਆਪਣੇ ਵਿੱਚ ਇੰਪਰੂਵਮੈਂਟ ਲਿਆਉਂਦੀ ਗਈ, ਕਿਤੋਂ ਨਾ ਕਿਤੋਂ ਸਿੱਖ ਕੇ ਨਵੀਆਂ ਨਵੀਆਂ ਚੀਜ਼ਾਂ ਐਡ ਕਰਕੇ ਇਹਦੇ ਵਿੱਚ ਤਬਦੀਲੀਆਂ ਆਉਂਦੀਆਂ ਗਈਆਂ। ਹੋ ਇੱਕ ਹੋਰ ਚੀਜ਼ ਯਾਦ ਰੱਖਿਓ ਕਿ ਇਹਦੇ ਵਿੱਚ ਭਾਸ਼ਾ ਦੀਆਂ ਧੁਨੀਆਂ ਹੀ ਨਹੀਂ, ਉਸ ਦੇ ਰੂਪ, ਵਾਕ ਬਣਾਉਣ ਦੇ ਢੰਗ, ਸ਼ਬਦਾਂ ਦੇ ਅਰਥ ਵੀ ਮਿਲਦੇ ਆ। ਮਤਲਬ ਹਰ ਇੱਕ ਚੀਜ਼ ਇਹਦੇ ਵਿੱਚ ਤੁਹਾਨੂੰ ਕਿਹਦੇ ਵਿੱਚ ਮਿਲਦੀ ਆ, ਚਾਰੇ ਚੀਜ਼ਾਂ ਜੇ ਲਿਖ ਕੇ ਆ ਜਾਣ ਕਿ ਕਿਹਦੇ ਵਿੱਚ ਮਿਲਦੀਆਂ, ਇੰਡੋ ਆਰੀਅਨ ਦੇ ਵਿੱਚ, ਠੀਕ ਹੈ। ਵਿਕਸਿਤ ਹੋਈਆਂ, ਇਹ ਵੀ ਕਹਿ ਸਕਦੇ ਕਿ ਵਿਕਸਿਤ ਕਿੱਥੇ ਹੋਈਆਂ, ਤਾਂ ਇੰਡੋ ਆਰੀਅਨ ਦਾ ਆਂਸਰ ਆਜੂਗਾ ਆਪਣਾ। ਨੈਕਸਟ ਚੱਲਦੇ ਆਪਾਂ ਕਿ ਵਿਕਾਸ ਦਾ ਖਿਆਲ ਕਰਕੇ ਇਸ ਭਾਰਤੀ ਆਰਿਆ ਭਾਸ਼ਾ ਦੇ 3 ਕਾਲ ਮੰਨੇ ਜਾਂਦੇ ਆ। ਤਾਂ ਇੱਥੇ ਆਪਣੇ ਕੋਲ ਕੁਸ਼ਚਨ ਬਣੂਗਾ ਕਿ ਇੰਡੋ ਆਰੀਅਨ ਦੇ ਕਿੰਨੇ ਕਾਲ ਮੰਨੇ ਜਾਂਦੇ ਆ, ਉਹ ਆਂਸਰ ਆਊਗਾ 3। ਅਤੇ ਜਿਹੜੇ 3 ਹੈਗੇ ਆ ਉਹ ਮੈਂ ਬੈਠਾ ਦੱਸਣ ਨੂੰ, ਉਹ ਤੁਹਾਨੂੰ ਮੈਂ ਹੁਣੇ ਐਕਸਪਲੇਨੇਸ਼ਨ ਦੇ ਦਿੰਦਾ। ਉਹਦੀ ਫਸਟ ਹੈਗਾ ਆਰੰਭ ਦਾ ਜਾਂ ਮੁੱਢਲਾ ਕਾਲ, ਠੀਕ ਹੈ, ਸਟਾਰਟਿੰਗ ਵਾਲਾ ਜਾਂ ਮੁੱਢਲਾ ਕਾਲ ਜਿਹੜਾ ਸੀਗਾ, ਈਸਾ ਪੂਰਵ ਕਹਿ ਲਓ, BC ਕਹਿ ਲਓ, ਆਪਣਾ 1400 ਤੋਂ ਈਸਾ ਪੂਰਵ 400 ਤੱਕ, ਇਸ ਸਮੇਂ ਸਭ ਤੋਂ ਪ੍ਰਸਿੱਧ ਅਤੇ ਉੱਤਮ ਕਿਰਤ ਵੇਦ ਸਨ, ਠੀਕ ਹੈ। ਇਹਦੇ ਵਿੱਚ ਕੀ ਸੀ, ਸਭ ਤੋਂ ਪ੍ਰਸਿੱਧ ਸੀਗੇ ਜਿਹੜੇ ਵੇਦ ਉਹ ਸੀਗੇ। ਨੈਕਸਟ ਹੈ ਵੇਦਾਂ ਦੀ ਭਾਸ਼ਾ ਕਿਹੜੀ ਸੀ, ਸਾਹਿਤਿਕ, ਅਤੇ ਇਸ ਵਿੱਚ ਰੂਪਾਂ ਦੀ ਪਰਮਾਰ ਸੀ, ਜਿਹੜੇ ਰੂਪ ਸੀ ਉਹ ਸਭ ਤੋਂ ਜ਼ਿਆਦਾ ਕਾਹਦੇ ਵਿੱਚ ਮਿਲਦੇ ਸੀ, ਪ੍ਰਸਿੱਧ ਵੇਦਾਂ ਵਿੱਚ, ਜਿਹੜੇ ਕਿਤੋਂ ਆਰੰਭ ਹੋਇਆ ਜਿਨ੍ਹਾਂ ਦਾ, ਕਿਹੜੇ ਕਾਲ ਵਿੱਚ, ਉਹ ਸੀ ਮੁੱਢਲੇ ਕਾਲ ਦੇ ਵਿੱਚ। ਕਲੀਅਰ ਹੈ ਸਾਰੇ ਬੱਚਿਆਂ ਨੂੰ, ਬਸ ਆ 2 ਜਾਂ 3 ਕੁਸ਼ਚਨ ਨੋਟ ਕਰ ਲਿਓ ਇਹਦੇ ਵਿੱਚੋਂ, ਠੀਕ ਹੈ। ਅਤੇ ਅੱਗੋਂ ਆ ਗਿਆ ਆਪਣਾ ਮੱਧ ਕਾਲ, ਜਿਹਨੂੰ ਕਹਿੰਦੇ ਵਿਚਲਾ ਕਾਲ ਕਹਿ ਲਓ ਜਾਂ ਮੱਧ ਕਾਲ ਪੰਜਾਬੀ ਦੇ ਵਿੱਚ ਕਹਿ ਲਓ, 400 ਈਸਾ ਪੂਰਵ ਤੋਂ 1000 ਈਸਵੀ ਤੱਕ, ਠੀਕ ਹੈ। ਤਾਂ ਇਹਦੇ ਵਿੱਚ ਕੀ ਆਪਣੇ ਕੋਲ,
ਤੁਹਾਨੂੰ ਮੈਂ ਇੱਕ ਹੋਰ ਚੀਜ਼ ਕੁਸ਼ਚਨ ਯਾਦ ਕਰੋ, ਪਹਿਲੇ ਜਾਂ ਦੂਜੇ ਪਾਠ ਦੇ ਵਿੱਚ ਕੁਸ਼ਚਨ ਕਰਾਇਆ ਸੀ ਕਿ ਪੰਜਾਬੀ ਦਾ ਆਪਣਾ ਸਹੀ ਜਿਹੜਾ ਆਰੰਭ ਮੰਨਿਆ ਜਾਂਦਾ ਕਦੋਂ ਮੰਨਿਆ ਜਾਂਦਾ, ਸਦੀ ਤੁਹਾਨੂੰ ਦੱਸੀ ਸੀ, ਤਾਂ ਇੱਕ ਹੋਰ ਚੀਜ਼ ਦੱਸੀ ਸੀ ਕਿ 1000 ਈਸਵੀ ਤੋਂ ਅਤੇ 1600 ਈਸਵੀ ਤੱਕ, ਠੀਕ ਹੈ? ਤਾਂ ਉਹ 1000 ਈਸਵੀ ਵਾਲਾ ਅਗਲਾ ਹੀ ਆਪਾਂ ਕਰਾਂਗੇ ਟੋਪਿਕ, ਇਹ ਚੀਜ਼ਾਂ ਨੋਟ ਕਰਦੇ ਰਿਹਾ ਕਰੋ। ਮੈਨੂੰ ਦੇਖੋ ਮੇਰੇ ਦਿਮਾਗ 'ਚ ਸੈੱਟ ਬੈਠੀ ਹੋਈ, ਤਾਂ ਤੁਹਾਨੂੰ ਤਾਂ ਭੁੱਲਣਾ ਹੀ ਨਹੀਂ ਚਾਹੀਦਾ। ਇਹ ਲੌਕਿਕ ਸੰਸਕ੍ਰਿਤ ਦਾ, ਅਸ਼ੋਕ ਦੀ ਧਰਮ ਲਿਪੀਆਂ ਦੀ ਭਾਸ਼ਾ ਦਾ, ਪਾਲੀ ਪ੍ਰਾਕਿਰਤ ਅਤੇ ਅਪਰਭੰਸ਼ਾ ਦਾ ਸਮਾਂ ਸੀ। ਜੇ ਪੁੱਛ ਲਿਆ ਜਾਵੇ ਕਿ ਲੌਕਿਕ ਸੰਸਕ੍ਰਿਤ ਦਾ ਸਮਾਂ ਕਿਹੜਾ ਸੀ, ਮੱਧਕਾਲ। ਅਸ਼ੋਕ ਦੀ ਧਰਮ ਲਿਪੀਆਂ ਦੇ ਭਾਸ਼ਾ ਦਾ ਸਮਾਂ ਕਿਹੜਾ ਸੀ, ਮੱਧਕਾਲ। ਪਾਲੀ ਦਾ ਸਮਾਂ ਮੱਧਕਾਲ, ਪ੍ਰਾਕਿਰਤ ਦਾ ਸਮਾਂ ਮੱਧਕਾਲ, ਅਪਰਭੰਸ਼ਾ ਦਾ ਸਮਾਂ ਮੱਧਕਾਲ, ਠੀਕ ਹੈ? ਚਾਰੇ ਪੰਜੇ ਚੀਜ਼ਾਂ ਤਾਂ ਲਿਖੀਆਂ, ਇੰਪੋਰਟੈਂਟ ਇਹੀ ਹੈ, ਇਹੀ ਪੁੱਛੀਆਂ ਜਾ ਸਕਦੀਆਂ ਜੇ ਪੁੱਛੀਆਂ ਜਾਣਗੀਆਂ ਤਾਂ। ਨੈਕਸਟ ਹੈ, ਇਸ ਸਮੇਂ ਸਾਡੀ ਆਰਿਆ ਭਾਸ਼ਾ ਸੀ ਜਿਹੜੀ ਉਹ ਦੂਜੀ ਅਵਸਥਾ ਵਿੱਚ ਆ ਗਈ ਸੀ, ਠੀਕ ਹੈ? ਦੂਜੀ ਅਵਸਥਾ ਵਿੱਚ ਆ ਗਈ ਸੀ ਮਤਲਬ ਉਹ ਸੈਕਿੰਡ ਸਟੇਜ 'ਤੇ ਆ ਗਈ ਸੀ। ਇਹਦੇ ਵਿੱਚ ਕੀ ਆਪਣੇ ਕੋਲ, ਅਤੇ ਰੂਪਾਂ ਦੀ ਗਿਣਤੀ ਘੱਟ ਗਈ ਸੀ। ਪਹਿਲਾਂ ਕੀ ਸੀ, ਫਸਟ ਦੇ ਵਿੱਚ ਰੂਪਾਂ ਦੀ ਸੀ, ਤਾਂ ਸੈਕਿੰਡ ਸਟੇਜ ਦੇ ਵਿੱਚ ਰੂਪਾਂ ਦੀ ਗਿਣਤੀ ਕੀ ਹੋ ਗਈ ਸੀਗੀ, ਘੱਟ ਗਈ ਸੀ, ਮਾਈਨਸ ਕਹਿ ਲਓ, ਘੱਟ ਗਈ ਸੀਗੀ, ਠੀਕ ਹੈ, ਡਿਕਰੀਜ਼ ਹੋ ਗਈ ਸੀ। ਇਸ ਕਾਲ ਨੂੰ ਫਿਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਜੇ ਪੁੱਛਿਆ ਜਾਵੇ ਕਿ ਮੱਧਕਾਲ ਨੂੰ ਫਿਰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ, ਜਾਂ ਮੱਧਕਾਲ ਦੇ ਹਿੱਸੇ ਪੁੱਛ ਲੈਣ ਤਾਂ ਕਿੰਨਾ ਆਊਗਾ, 3। ਦੇਖ ਲਓ ਕਿਹੜੇ ਕਿਹੜੇ ਹੈਗੇ ਆ, ਨੋਟ ਕਰ ਲਓ। ਫਸਟ ਹੈਗਾ ਸ਼ਿਲਾ ਲੇਖਾਂ ਦੀ ਭਾਸ਼ਾ ਦਾ ਕਾਲ, ਨਾਟਕਾਂ ਦੀ ਪ੍ਰਾਕਿਰਤਾ ਦਾ ਸਮਾਂ, ਅਤੇ ਅਪਰਭੰਸ਼ਾਂ ਦਾ ਕਾਲ, ਠੀਕ ਹੈ? ਇਹ ਆਪਾਂ ਬੇਫਿਕਰ ਹੋ ਜਾਓ, ਕਈ ਬੱਚਿਆਂ ਦਿਮਾਗ 'ਚ ਚੱਲ ਰਿਹਾ ਕਿ ਸਰ ਦੱਸ ਨਹੀਂ ਰਹੇ, ਤਾਂ ਇਹ ਮੈਂ ਤੁਹਾਨੂੰ ਕੰਸੈਪਟ ਹੀ ਵੱਖਰਾ ਕਰਾ ਦੂੰਗਾ ਕਿ ਅਪਰਭੰਸ਼ ਹੁੰਦੇ ਕੀ ਹੈ। ਇਹ ਆਪਾਂ ਪਰਸੋਂ ਜਾਂ ਉਦੋਂ ਅਗਲੇ ਦਿਨ ਵਾਲੀ ਵੀਡੀਓ ਦੇ ਵਿੱਚ ਕਰਾਂਗੇ, ਬੇਫਿਕਰ ਹੋ ਜਾਓ। ਆਪਾਂ ਹਰੇਕ ਡਿਟੇਲ, ਨਿੱਕੀ ਨਿੱਕੀ ਚੀਜ਼ ਵੀ ਕਲੀਅਰ ਕਰਨੀ ਹੈ, ਤਾਂ ਹੀ ਤੁਹਾਨੂੰ ਕਿਹਾ ਸੀ ਕਿ ਪੰਜਾਬੀ ਜਿੰਨੀ ਸੋਚ ਰਹੇ ਹੋ ਇਹ ਪੂਰਾ ਇੱਕ ਡੂੰਘੀ ਚੀਜ਼ ਹੈ, ਜਿਹਦੇ ਵਿੱਚ ਜਿੰਨਾ ਵੱਡਦੇ ਜਾਓਗੇ ਉਨਾ ਜ਼ਿਆਦਾ ਕਨਫਿਊਜ਼ ਹੁੰਦੇ ਜਾਓਗੇ। ਤਾਂ ਆਪਾਂ ਉਹੀ ਕਰਾਂਗੇ ਜਿਹੜਾ ਆਪਣੇ ਸਿਲੇਬਸ ਦੇ ਨਾਲ ਰਿਲੇਟਡ ਹੈ। ਤਾਂ ਹੁਣ ਦੇਖੋ ਇਹ ਚੀਜ਼ਾਂ ਤੁਸੀਂ ਕਈ ਵਾਰੀ ਕਹਿ ਲਓ ਕਿ ਸੁਣੀਆਂ ਵੀ ਨਹੀਂ ਹੋਣੀਆਂ, ਅਤੇ ਅੱਜ ਤੁਹਾਡੇ ਸਾਹਮਣੇ ਪਈਆਂ, ਤਾਂ ਨੈਕਸਟ ਚਲਦੇ ਹਾਂ। ਉੱਤੋਂ ਇਹ ਤੁਹਾਡੇ ਸਿਲੇਬਸ ਦੇ ਵਿੱਚ ਹੈ, ਇਹ ਵੀ ਨਹੀਂ ਕਿ ਆਪਾਂ ਸਿਲੇਬਸ ਤੋਂ ਬਾਹਰ ਕਰ ਰਹੇ ਹਾਂ। ਨੈਕਸਟ ਆਪਣੇ ਕੋਲ ਵਰਤਮਾਨ ਕਾਲ, ਠੀਕ ਹੈ? ਇਹ ਲਗਭਗ 1000 ਈਸਵੀ ਦੇ ਆਸ ਪਾਸ ਦਾ ਕਹਿ ਲਓ, ਜਾਂ 1000 ਈਸਵੀ ਤੋਂ ਬਾਅਦ ਦਾ ਸਮਾਂ ਕਹਿ ਲਓ, ਠੀਕ ਹੈ? ਇਹਦੇ ਵਿੱਚ ਕੀ ਆਉਂਦਾ ਧਿਆਨ ਨਾਲ ਨੋਟ ਕਰਨਾ, ਇਹ ਮੋਸਟ ਇੰਪੋਰਟੈਂਟ ਹੈ। ਇਸ ਵਿੱਚ ਪੰਜਾਬੀ, ਹਿੰਦੀ, ਉੜੀਆ, ਮਰਾਠੀ, ਗੁਜਰਾਤੀ, ਸਿੰਧੀ, ਬੰਗਾਲੀ ਆਦਿ ਵਰਤਮਾਨ ਭਾਸ਼ਾਵਾਂ ਦਾ ਜਨਮ ਅਤੇ ਵਿਕਾਸ ਹੋਇਆ। ਤਾਂ ਇੱਕੋ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜਾ ਵਰਤਮਾਨ ਕਾਲ ਦੇ ਵਿੱਚ ਜਿਹੜੀਆਂ ਵਰਤਮਾਨ ਭਾਸ਼ਾਵਾਂ ਦਾ ਵਿਕਾਸ ਅਤੇ ਜਨਮ ਹੋਇਆ, ਠੀਕ ਹੈ? ਬਸ ਜੇ ਤੁਹਾਨੂੰ ਕੋਈ ਪੁੱਛ ਲਏ ਕੋਈ ਭਾਸ਼ਾ ਨੂੰ ਲੈ ਕੇ ਕਿ ਕਿਹਦੇ 'ਚ ਹੁੰਦਾ, ਕਿਹੜੇ ਕਾਲ ਦੇ ਵਿੱਚ, ਜੇ ਕਾਲ ਪੁੱਛੇ, ਠੀਕ ਹੈ, ਕਾਲ ਕਿਹੜੇ ਕਾਲ 'ਚ ਹੋਇਆ, ਤਾਂ ਵਰਤਮਾਨ। ਅਤੇ ਜਿਹੜਾ ਜੇ ਪੁੱਛਿਆ ਜਾਵੇ ਕਿਹੜੀ ਸ਼ਾਖਾ ਦੇ ਅੰਡਰ ਹੋਇਆ, ਤਾਂ ਉਹ ਆਪਣੀ ਸ਼ਾਖਾ ਕਿਹੜੀ ਹੈਗੀ ਹੈ, ਇੰਡੋ ਆਰੀਅਨ, ਠੀਕ ਹੈ? ਅਤੇ ਇਹਨਾਂ ਸਾਰਿਆਂ ਦੀ ਜਿਹੜਾ ਕੁਛ ਆਪਾਂ ਕਰ ਰਹੇ ਹਾਂ, ਇਹਨਾਂ ਦੀ ਜਿਹੜੀ ਭਾਸ਼ਾ ਪਰਿਵਾਰ ਹੈ ਉਹਨੂੰ ਕੀ ਕਿਹਾ ਜਾਂਦਾ, ਇੰਡੋ ਯੂਰੋਪੀਅਨ। ਦੇਖੋ ਮੈਂ ਤੁਹਾਨੂੰ ਬੈਕ ਬੈਕ ਤੋਂ ਦੁਬਾਰਾ ਦੁਬਾਰਾ ਡਿਟੇਲ ਨਾਲ ਦੱਸ ਰਿਹਾ, ਇਹਦਾ ਤੁਹਾਡੇ ਬੈਨੀਫਿਟ ਹੀ ਹੋਣਾ। ਹੁਣ ਜਿਹੜਾ ਆਪਾਂ ਕੀਤਾ ਪਹਿਰਾ, ਤਾਂ ਉਹਦੇ ਇਹ ਲਈ ਕੁਸ਼ਚਨ ਬਣਦੇ ਆ ਸਾਰੇ। ਦੇਖ ਲਓ ਇਹ ਆਪਾਂ ਕਰਦੇ ਹਾਂ, ਮੈਂ ਰੀਡ ਆਊਟ ਕਰ ਦਿੰਦਾ, ਸਕਰੀਨਸ਼ੋਟ ਲੈ ਲਿਓ। ਭਾਰਤ ਆਰਿਆ ਭਾਰਤ ਯੂਰਪੀ ਦੀ ਕਿਹੜੀ ਸ਼ਾਖਾ, ਠੀਕ ਹੈ? ਨੈਕਸਟ ਹੈ, ਜਿਹੜੀ ਭਾਰਤ ਆਰਿਆ ਭਾਰਤ ਯੂਰਪੀ ਦੀ ਕਿਹੜੀ ਸ਼ਾਖਾ, ਇਹ ਤੁਸੀਂ ਦੱਸਣਾ, ਕੱਲ੍ਹ ਆਪਾਂ ਟੈਸਟ ਲੈਣਾ, ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ। ਨੈਕਸਟ ਹੈ, ਭਾਰਤ ਆਰਿਆ ਭਾਸ਼ਾ ਦੇ ਕਿੰਨੇ ਕਾਲ ਮੰਨੇ ਜਾਂਦੇ ਆ? ਨੈਕਸਟ ਹੈ, ਵੇਦ ਕਿਹੜੇ ਕਾਲ ਵਿੱਚ ਪ੍ਰਸਿੱਧ ਸਨ? ਅਤੇ ਉਸ ਤੋਂ ਬਾਅਦ ਵੇਦਾਂ ਦੀ ਭਾਸ਼ਾ ਕਿਹੜੀ ਸੀ, ਹੈ ਜਾਂ ਸੀ, ਠੀਕ ਹੈ? ਹੈ ਤਾਂ ਕਿਉਂਕਿ ਵੇਦਾਂ ਲਿਖੇ ਗਏ ਆ, ਤਾਂ ਉਹਨਾਂ ਦੇ ਵਿੱਚ ਵੀ ਉਹੀ ਹੋਊਗੀ। ਅਸ਼ੋਕ ਦੀ ਧਰਮ ਲਿਪੀਆਂ ਦੀ ਭਾਸ਼ਾ ਦਾ ਕਾਲ ਹੁਣੇ ਦੱਸ ਕੇ ਹਟਿਆ ਮੈਂ ਤੁਹਾਨੂੰ। ਨੈਕਸਟ ਹੈ, ਮੱਧਕਾਲ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ, ਇਹ ਵੀ ਹੁਣੇ ਦੱਸ ਕੇ ਹਟਿਆ ਤੁਹਾਨੂੰ ਮੈਂ, ਉੱਪਰ ਹੀ ਪਿਆ ਹੋਇਆ ਸੀਗਾ ਕਿੰਨੇ ਸੀਗੇ। ਵੈਰੀ ਗੁੱਡ। ਤਾਂ ਨੈਕਸਟ ਹੈ ਆਪਣੇ ਕੋਲ, ਵਰਤਮਾਨ ਪੰਜਾਬੀ ਕਿਹੜੇ ਕਾਲ ਦਾ ਹਿੱਸਾ ਹੈ ਜਾਂ ਸੀ, ਇਹ ਵੀ ਹੁਣੇ ਦੱਸ ਕੇ ਹਟਿਆ ਤੁਹਾਨੂੰ ਮੈਂ। ਕਾਲ ਪੁੱਛਿਆ ਕਾਲ, ਠੀਕ ਹੈ? ਜੇ ਇਹ ਕੁਸ਼ਚਨ ਇੱਕ ਵੀ ਪਾਊਂਗਾ ਕਿ ਭਾਸ਼ਾ ਲਿਖ ਕੇ, ਉਹ ਦੱਸੂਗਾ ਕਿ ਕਿਹੜੀ ਸ਼ਾਖਾ ਦਾ ਹਿੱਸਾ, ਠੀਕ ਹੈ? ਇਹਨਾਂ ਚੀਜ਼ਾਂ ਧਿਆਨ ਰੱਖਣਾ, ਕਨਫਿਊਜ਼ ਨਾ ਹੋਏ ਕਿ ਸਰ ਤੁਸੀਂ ਤਾਂ ਵਰਤਮਾਨ ਕਾਲ ਕਰਾਇਆ ਸੀਗਾ ਤਾਂ ਤੁਸੀਂ ਗਲਤ ਦੱਸੀ ਜਾਂਦੇ ਹੋ। ਨਹੀਂ, ਜੇ ਕਾਲ ਪੁੱਛਿਆ ਤਾਂ ਵਰਤਮਾਨ ਕਾਲ, ਜੇ ਪੁੱਛਿਆ ਤੁਹਾਡੇ ਤੋਂ ਸ਼ਾਖਾ, ਤਾਂ ਉਹ ਜਿਹੜੀ ਮੈਂ ਤੁਹਾਨੂੰ ਹੁਣੇ ਦੱਸ ਕੇ ਰਿਹਾ, ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਤਿਆਰ ਕਰਨੀ ਆ ਇਹਦੇ ਜਿਹੜੇ 18ਵੀਂ ਕੁਸ਼ਚਨ ਹੈਗੇ ਆ। ਨੈਕਸਟ ਹੈ, ਵਰਤਮਾਨ ਭਾਸ਼ਾਵਾਂ ਦਾ ਜਨਮ ਕਿਸ ਕਾਲ ਵਿੱਚ ਹੋਇਆ, ਤਾਂ ਹੁਣ ਕਿਹੜਾ ਸੀਗਾ, ਵਰਤਮਾਨ ਕਾਲ ਦੇ ਵਿੱਚ। ਨੈਕਸਟ, ਅੱਜ ਦਾ ਲਾਸਟ ਟੋਪਿਕ ਕਹਿ ਲਓ, ਧਿਆਨ ਦਿਓ ਥੋੜ੍ਹਾ ਜਿਹਾ, ਵੈਦਿਕ ਭਾਸ਼ਾ, ਠੀਕ ਹੈ? ਭਾਰਤੀ ਆਰਿਆ ਭਾਸ਼ਾ ਦਾ ਸਭ ਤੋਂ ਪੁਰਾਣਾ ਰੂਪ ਕਿਹੜਾ ਸੀ, ਕਿੱਥੋਂ ਮਿਲਦਾ, ਰਿਗਵੇਦ ਵਿੱਚੋਂ। ਦੁਬਾਰਾ ਫਿਰ ਸੁਣ ਲਓ, ਜਿਹੜਾ ਭਾਰਤੀ ਆਰਿਆ ਭਾਸ਼ਾ ਹੈ ਉਹਦਾ ਸਭ ਤੋਂ ਪੁਰਾਣਾ ਰੂਪ ਕਿੱਥੇ ਮਿਲਦਾ, ਰਿਗਵੇਦ ਵਿੱਚੋਂ। ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਪੰਜਾਬੀ ਕਰਾਉਣਗੇ, ਸਾਰੇ ਕਰਾਉਂਦੇ ਆ, ਨੋ ਡਾਊਟ, ਸਾਰੇ ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਸਾਰੇ ਪੰਜਾਬੀ ਕਰਾਉਣਗੇ, ਪਰ ਇਹਨਾਂ ਚੀਜ਼ਾਂ ਦੇ ਵਿੱਚ ਤੁਹਾਨੂੰ ਜ਼ਿਆਦਾ ਨਹੀਂ ਲੈ ਕੇ ਜਾਇਆ ਜਾਊਗਾ, ਬਸ ਉਹੀ ਚੀਜ਼ਾਂ ਚੱਲੀ ਜਾਣਗੀਆਂ, ਵਿਆਕਰਨ ਦੇ ਭਾਗ ਕਿੰਨੇ ਆ, ਸ਼ਬਦ ਬੋਧ ਕਿੰਨੇ ਆ, ਅਰਥ ਬੋਧ ਆ ਗਏ, ਅੱਗੋਂ ਵਾਕ ਬੋਧ ਆ ਗਏ, ਧੁਨੀ ਬੋਧ ਆ ਗਏ, ਇਹਨਾਂ ਚੀਜ਼ਾਂ 'ਚ ਤੁਹਾਨੂੰ ਉਲਝਾ ਕੇ ਰੱਖੀ ਰੱਖਣਗੇ, ਠੀਕ ਹੈ?
ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ, ਚੰਗਾ ਨਹੀਂ ਕਹਿ ਰਿਹਾ, ਬਸ ਇਹ ਦੱਸ ਰਿਹਾ ਕਿ ਆਪਣਾ ਜਿਹੜਾ ਸਿਸਟਮ ਆ ਉਹ ਕਿਵੇਂ ਚੱਲਦਾ ਆ ਰਿਹਾ। ਇਹ ਮੈਂ ਤੁਹਾਨੂੰ ਇਹ ਤੁ ਕਿਆ ਮੇਰੀ ਕਹਿਣ 'ਤੇ ਨਾ ਜਾਓ, ਇਹ ਤੁਸੀਂ ਆਪਣੇ ਆਪ 'ਤੇ ਅਪਲਾਈ ਕਰਕੇ ਦੇਖ ਸਕਦੇ ਹੋ। ਤੁਸੀਂ ਮੈਨੂੰ ਜਵਾਬ ਵੀ ਦੇ ਸਕਦੇ ਹੋ ਕਿ ਸਰ ਤੁਸੀਂ ਸਹੀ ਕਹਿ ਰਹੇ ਹੋ ਕਿ ਝੂਠ ਕਹਿ ਰਹੇ ਹੋ, ਠੀਕ ਹੈ। ਤਾਂ ਇਹ ਚੀਜ਼ਾਂ 'ਚ ਤੁਹਾਨੂੰ ਉਲਝਾ ਕੇ ਰੱਖਿਆ ਜਾਂਦਾ ਕਿ ਬਸ ਇਹਨਾਂ ਚੀਜ਼ਾਂ 'ਚ ਤੁਸੀਂ ਉਲਝੇ ਰਹਿ ਜਾਂਦੇ ਆ ਖੁਦ ਵੀ ਕਿ ਇਹ ਚੀਜ਼ਾਂ 'ਚ ਸਾਰਾ ਇਹਦਾ ਕਿੰਨੇ ਆ, ਇਹਦੇ ਭੇਦ ਕਿੰਨੇ ਆਉਂਦੇ ਅੱਗੋਂ, ਕਿਹੜੀਆਂ ਕਿਹੜੀਆਂ ਨਾਂਵ ਕੀ ਰਹਿ ਗਏ, ਕਿਹੜਾ ਨਾਂਵ ਚੱਲੀ ਜਾਂਦਾ, ਨਾਵਾਂ ਪੜਨਾਵਾਂ 'ਚ ਉਲਝ ਜਾਂਦੇ ਹੋ। ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਆਪਣੇ ਤੋਂ ਪੇਪਰ 'ਚ, ਉਹ ਫਿਰ ਤੁਸੀਂ ਕਹਿੰਦੇ ਹੋ ਕਿ ਸਰ ਇਹ ਤਾਂ ਪੜ੍ਹੇ ਹੀ ਨਹੀਂ ਸੀਗੇ, ਤਾਂ ਉਹ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਆ ਇਹਨਾਂ ਚੀਜ਼ਾਂ ਦੇ ਵਿੱਚੋਂ ਵੀ ਜਿਹੜੇ ਪ੍ਰੈਜ਼ੈਂਟ ਤੁਹਾਡੇ ਸਾਹਮਣੇ ਪੁੱਛੇ ਜਾਣਗੇ। ਤਾਂ ਹੁਣ ਆਪਾਂ ਟੌਪਿਕ ਵੱਲ ਚੱਲਦੇ ਹਾਂ। ਮੈਂ ਤੁਹਾਨੂੰ ਕਲੀਅਰ ਤਾਂ ਕਰਾਉਣਾ ਰਹਿਣਾ ਕਿ ਇਹ ਚੀਜ਼ਾਂ ਨਾ ਸੋਚਿਆ ਕਰੋ ਕਿ ਪੰਜਾਬੀ ਸੌਖੀ ਆ ਜਾਂ ਟੌਪਿਕ ਤੋਂ ਬਾਹਰ ਹੈ। ਟੌਪਿਕ ਤੋਂ ਬਾਹਰ ਕੁਛ ਨਹੀਂ ਪੰਜਾਬੀ ਦਾ, ਹਰੇਕ ਚੀਜ਼ ਟੌਪਿਕ ਵਾਈਜ਼ ਹੀ ਚੱਲੀ ਜਾਂਦੀ ਹੈ ਅਤੇ ਚੈਪਟਰ ਇਹਦੇ ਵਿੱਚੋਂ ਹੀ ਬਣਨਾ। ਇਹ ਤਾਂ ਲੈ ਕੇ ਆਉਂਦਾ ਹੁਣ ਟੌਪਿਕ, ਮੈਨੂੰ ਪਤਾ ਕਿ ਆਪਾਂ ਟੌਪਿਕ ਕਰਨਾ ਸੀ ਵਿਆਕਰਨ ਦੇ, ਜਿਹੜੇ ਆਪਣੇ ਪਾਠ ਸੀਗੇ ਅੱਗੋਂ, ਧੁਨੀ ਬੋਧ, ਅਰਥ ਬੋਧ, ਵਾਕ ਬੋਧ ਵਾਲੇ, ਠੀਕ ਹੈ। ਪਰ ਇਹ ਮੈਂ ਤਾਂ ਲਿਆਂਦਾ ਕਿ ਤੁਹਾਨੂੰ ਜਿਹੜੀਆਂ ਕਨਫਿਊਜ਼ਨ ਹੈ ਸਰ ਥੋੜ੍ਹੀਆਂ ਦੂਰ ਹੋ ਜਾਣ ਤੁਹਾਡੀਆਂ। ਤਾਂ ਆਪਾਂ ਚੱਲਦੇ ਹਾਂ ਅੱਗੇ। ਵੈਦਿਕ ਭਾਸ਼ਾ ਭਾਰਤੀ ਆਰੀਆ ਦੀ ਸਾਹਿਤਿਕ ਭਾਸ਼ਾ ਸੀ। ਜੇ ਪੁੱਛਿਆ ਜਾਵੇ ਕਿ ਭਾਰਤੀ ਆਰੀਆ ਦੀ ਸਾਹਿਤਿਕ ਭਾਸ਼ਾ ਕਿਹੜੀ ਮੰਨੀ ਜਾਂਦੀ ਸੀ, ਉਹ ਸੀ ਵੈਦਿਕ ਭਾਸ਼ਾ, ਠੀਕ ਹੈ। ਨੈਕਸਟ, ਆਪਣੇ ਕੋਲ ਉਸ ਸਮੇਂ ਆਰੀਆ ਲੋਕਾਂ ਦੀ ਬੋਲਚਾਲ ਦੀਆਂ ਹੋਰ ਭਾਸ਼ਾਵਾਂ ਵੀ ਸੀ ਅਤੇ ਉਹ ਵੈਦਿਕ ਭਾਸ਼ਾ ਨਾਲ ਬਹੁਤ ਮਿਲੀਆਂ ਸਨ। ਤਾਂ ਇਹਦੇ ਵਿੱਚੋਂ ਅੱਜ ਲਾਸਟ ਦੋ ਕੁਐਸਚਨ ਜਿਹੜੇ ਬੰਦੇ ਨੋਟ ਕਰ ਲਓ ਕਿ ਭਾਰਤ ਆਰਿਆ ਭਾਸ਼ਾ ਦਾ ਸਭ ਤੋਂ ਪੁਰਾਣਾ ਰੂਪ ਕਿਸ ਵਿੱਚ ਮਿਲਦਾ, ਅਤੇ ਨੈਕਸਟ ਹੈ ਭਾਰਤੀ ਆਰੀਆ ਦੀ ਸਾਹਿਤਿਕ ਭਾਸ਼ਾ ਕਿਹੜੀ ਸੀ। ਹੁਣੇ ਦੱਸ ਕੇ ਹਟਿਆ ਮੈਂ ਤੁਹਾਨੂੰ, ਇਹ ਸੀ ਅੱਜ ਦਾ ਆਪਣਾ ਟੌਪਿਕ, ਠੀਕ ਹੈ, ਜਿਹਨੂੰ ਕਹਿ ਲਓ ਕਿ ਪੰਜਾਬੀ ਭਾਸ਼ਾ ਦਾ ਇਤਿਹਾਸ। ਜ਼ਿਆਦਾ ਡੀਪਲੀ ਨਹੀਂ ਜਾਊਂਗਾ, ਮੈਨੂੰ ਪਤਾ ਕਿ ਇੱਦੂ ਵੀ ਜ਼ਿਆਦਾ ਡੀਪਲੀ ਜੇ ਚਲੇ ਗਏ ਤਾਂ ਤੁਸੀਂ ਜਿਹੜਾ ਸਿੰਪਲ ਵੀ ਪੰਜਾਬੀ ਕਰ ਰਹੇ ਹੋ ਉਹ ਵੀ ਭੁੱਲ ਜਾਓਗੇ। ਤਾਂ ਆਪਾਂ ਉਹੀ ਉਹੀ ਕਰਨਾ ਜਿਹੜਾ ਤੁਹਾਨੂੰ ਇਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਵਧੀਆ ਜਾਂ ਚੰਗਾ ਮੰਨਿਆ ਜਾਂਦਾ। ਤਾਂ ਇਹ ਸੀ ਅੱਜ ਦਾ ਆਪਣਾ ਟੌਪਿਕ, ਨਾਲ ਨਾਲ ਤਿਆਰੀ ਕਰਦੇ ਰਹੋ, ਥੋੜ੍ਹਾ ਥੋੜ੍ਹਾ 15-15, 20-20 ਮਿੰਟ ਪੰਜਾਬੀ ਦਿੰਦੇ ਰਹੋ ਤਾਂ ਤੁਹਾਨੂੰ ਬਹੁਤ ਬੈਨੀਫਿਟ ਹੋਣ ਵਾਲਾ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਮਿਲਦੇ ਹਾਂ ਆਪਾਂ ਕੱਲ੍ਹ ਵਾਲੀ ਵੀਡੀਓ 'ਚ। ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮੇਂ ਦੇਣ ਵਾਸਤੇ।